ਫਿਰ ਹੁਣ ਨਾ ਕਰਦਾ ਉਹਨਾਂ ਨੂੰ, 10-15 ਹੀ ਨਾ ਕਰੋ ਉਹਨਾਂ ਨੂੰ, ਏਦਾਂ ਦਾ ਮੌਕਾ ਬਾਰ ਬਾਰ ਨਹੀਂ ਆਉਣਾ। ਹੈਲੋ ਅਸਲਾਮ ਵਾਲੇਕੁਮ ਐਵਰੀਵਨ, ਦਿਸ ਇਜ਼ ਮੀ ਉਮਰ ਸਈਦ ਫਰੋਮ ਪਾਕਿਸਤਾਨ ਸ਼ਹਿਰ ਲੈਲਪੁਰ ਚੋਂ, ਤੁਹਾਡਾ ਆਪਣਾ ਵੀਰ ਅਤੇ ਮੇਰੇ ਨਾਲ ਹੈ ਮਾਜਦ ਜੱਟ। ਅਤੇ ਦੋਸਤੋ ਅੱਜ ਇੱਕ ਹੋਰ ਤੁਹਾਡੀ ਫਰਮਾਇਸ਼ 'ਤੇ ਅਸੀਂ ਪ੍ਰੈਂਕ ਲੈ ਕੇ ਆਏ ਹਾਂ। ਥੰਬਨੇਲ ਦੇ ਵਿੱਚ ਤੁਸੀਂ ਵੇਖ ਹੀ ਲਿਆ ਹੋਣਾ ਕਿਹਨੂੰ ਫੋਨ ਕਰਨ ਲੱਗੇ, ਕਿਹਨੂੰ ਤੰਗ ਕਰਨ ਲੱਗੇ ਹਾਂ। ਇਹ ਹੈਗਾ ਸਾਡਾ ਵਿਚਾਰਾ ਭੋਲਾ ਜਿਹਾ ਭਰਾ ਵਾ ਲੈਰੀ, ਅਤੇ ਇਹਨੂੰ ਅਸੀਂ ਅੱਜ ਥੋੜ੍ਹਾ ਜ਼ਿਆਦਾ ਤੰਗ ਕਰਾਂਗੇ, ਇਹਦੀ ਸ਼ਰਾਫਤ ਦਾ ਜ਼ਿਆਦਾ ਫਾਇਦਾ ਚੁੱਕਾਂਗੇ ਅਸੀਂ, ਅਤੇ ਉਹਨੂੰ ਕਾਲ ਮਿਲਾਉਂਦੇ ਹਾਂ ਆਪਾਂ, ਚੈੱਕ ਕਰੋ। ਰਾਤ ਦੇ ਵਜੇ ਆ 9:30, ਇਹਨੂੰ ਫੋਨ ਜਲਦੀ ਅਸੀਂ ਇਸ ਵਜ੍ਹਾ ਤੋਂ ਕਰਨ ਲੱਗੇ ਹਾਂ ਕਿਉਂਕਿ ਪੜ੍ਹਨ ਵਾਲਾ ਬੱਚਾ ਵਾ, ਜਲਦੀ ਸੌ ਜਾਂਦਾ ਵਾ, ਅਤੇ ਫੋਨ ਕਰਦੇ ਹਾਂ ਜੀ ਇਹਨੂੰ। ਬੈਲੈਂਸ ਨਹੀਂ ਆਇਆ, ਸੋਰੀ, ਐਡਵਾਂਸ ਮੰਗਵਾ ਲਵਾਂ, ਠਹਿਰ ਜਾਓ। ਬੈਲੈਂਸ ਮੁੱਕਿਆ ਸੀ, ਮੈਨੂੰ ਯਾਦ ਹੀ ਨਹੀਂ ਸੀ। ਵਾਲੇਕੁਮ ਸਲਾਮ ਲਹਿਰੀ ਬਾਈ, ਕੀ ਹਾਲ ਹੈ, ਠੀਕ ਹੋ? ਸ਼ੁਕਰ ਅੱਲਾ ਦਾ, ਠੀਕ ਠਾਕ। ਕੀ ਕਰੀ ਜਾ ਰਿਹਾ ਵਾ? ਬਸ ਬਾਜੀ, ਘਰ ਆਏ ਹੋਏ ਸੀ, ਆਰਾਮ ਕਰ ਰਹੇ ਹਾਂ। ਤੁਸੀਂ ਸੁਣਾਓ, ਕਿਵੇਂ ਯਾਦ ਕੀਤਾ ਅੱਜ? ਵੈਸੇ ਨਹੀਂ ਨਹੀਂ ਮੈਂ ਤੇ ਘਰ ਹੀ ਆ, ਤੂੰ ਕਿੱਥੇ ਆ? ਪੇਪਰ ਹੋ ਗਏ ਤੇਰੇ ਕਿ ਨਹੀਂ? ਅੱਛਾ, ਚਲੋ, ਕੈਸੇ ਹੋਏ ਫਿਰ? ਦੁਬਈ ਲੈ ਕੇ ਜਾਣਾ ਵਾ। ਹਾਂ, ਕਿਉਂਕਿ ਅਲੀ ਹੁਣੀ ਵੀ ਹੋ ਕੇ ਆਏ ਨਾ, ਤੇ ਉਹਨਾਂ ਨੇ ਅਪਰੋਚ ਕੀਤਾ ਵਾ, ਤੇ ਅਲੀ ਹੁਣਾਂ ਨੂੰ ਤੇ ਮੈਂ ਪੁੱਛਿਆ ਸੀ, ਲੇਕਿਨ ਉਹ ਤੇ ਕਹਿੰਦੇ ਯਾਰ ਅਸੀਂ ਹੁਣੀ ਆਏ ਆ ਤੇ ਪਿੱਛੇ ਕੰਮ ਸ਼ਾਮ ਵੀ ਬੜਾ ਡਿਸਟਰਬ ਹੁੰਦਾ ਵਾ, ਤੇ ਲੇਕਿਨ 7-8 ਲੋਕ ਹੈ ਵਾ ਜਿਹੜੇ ਆਪਾਂ ਜਾਣਾ ਵਾ ਦੁਬਈ। ਕੰਪਨੀ ਇੱਥੇ ਦੀ ਆ, ਫੈਸਲਾਬਾਦ ਦੀ, ਉਹਦਾ ਨਾਮ ਆ ਆ ਤੁਜੇ ਦੁਨੀਆ ਗੁਮਾਉ। ਹਾਂ, ਨਵੀਂ ਲਾਂਚ ਹੋਈ ਆ। ਹੈ ਕੋਈ ਫਰਾਡ ਫਰੂਤੇ ਕੋਈ ਨਹੀਂ ਕਰਦੇ? ਨਹੀਂ ਨਹੀਂ ਨਹੀਂ, ਉਹ ਯਾਰ ਆਪਣੇ ਜਾਣਨ ਵਾਲੇ ਆ, ਅਜ਼ੀਜ਼ ਆਪਣੇ, ਤੇ ਉਹਨਾਂ ਨੇ ਮੈਨੂੰ ਕਿਹਾ ਵਾ ਕਿ ਯਾਰ ਤੇਰੇ ਜਿਹੜੇ ਸਭ ਤੋਂ ਅੱਛੇ ਅੱਛੇ 7-8 ਬੈਸਟ ਫਰੈਂਡ ਹੈ ਨਾ, ਉਹਨਾਂ ਨੂੰ ਤਿਆਰ ਕਰ ਲਾ ਤੇ ਤੁਹਾਨੂੰ ਲੈ ਜਾਈਏ ਦੁਬਈ। ਹਾਂ, ਤੇਰਾ ਨਾਮ ਦੱਸਿਆ ਵਾ, ਇਹ ਤੇ ਬਾਕੀ ਹੋਰ 4-5 ਲੋਕ ਹੋਰ ਆ, ਲੇਕਿਨ ਜਿਹੜੇ ਆ ਪਹਿਲੇ ਹੋ ਕੇ ਆਏ ਨਾ, ਅਲੀ ਭੱਟ ਹੋਣੀ, ਉਮਰ ਹੋਣੀ, ਮੁਨੀਬ ਹੋਣੀ, ਇਹਨਾਂ ਦਾ ਨਾਮ ਨਹੀਂ ਦੱਸਿਆ ਕਿਉਂਕਿ ਇਹਨਾਂ ਨੂੰ ਮੈਂ ਪੁੱਛਿਆ ਸੀ ਤੇ ਕਹਿੰਦੇ ਸੀ ਅਸੀਂ ਅਵੇਲੇਬਲ ਨਹੀਂ ਹੈ, ਕਿਉਂਕਿ ਹੁਣੀ ਤੇ ਹੋ ਕੇ ਆਏ ਆ ਜੀ। ਹਾਂਜੀ ਬਾਬਾ ਜੀ, ਪੀ ਆਰ ਪੂਰਾ ਪ੍ਰੋਟੋਕੋਲ ਮਿਲੇਗਾ ਆਪਾਂ ਨੂੰ, ਤੇ 14-15-16 ਤਰੀਕ ਦੇ 3 ਦਿਨ ਆਪਾਂ ਉੱਥੇ ਰਹਿਣਾ ਵਾ, ਇਹ ਡੇਟ ਆ 14-15 ਤੇ 16। ਹਾਂ, ਬਸ ਇਸੇ ਲਈ ਤੈਨੂੰ ਫੋਨ ਕੀਤਾ ਨਾ, ਕਿਉਂਕਿ ਮੈਨੂੰ ਤੇਰਾ ਪਤਾ ਸੀ ਕਿ ਤੂੰ ਫ੍ਰੀ ਹੋ ਗਿਆ ਵਾ, ਤੇ ਹੁਣ ਮੇਰਾ ਬਹੁਤ ਦਵਾ ਦਵਾ ਉੱਠ ਗਿਆ ਨਾ, ਤੇ ਬੈਗ ਤਿਆਰ ਕਰ ਲਾ ਬਸ। ਹਾਂ ਯਾਰ, ਆਪਾਂ ਬਸ 3 ਦਿਨਾਂ ਦਾ ਟੂਰ ਆ, ਸਮਝ ਲਾ ਇਸਲਾਮਾਬਾਦ ਜਾਂ ਮਰੀ ਆਪਾਂ ਜਾਣਾ 3 ਦਿਨ, ਪਤਾ ਵੀ ਨਹੀਂ ਲੱਗਣਾ ਹੋ ਕੇ ਆ ਜਾਣਾ ਆਪਾਂ। ਯਾਰ ਉਹਨਾਂ ਨੂੰ ਹੁਣ ਕਹਿ ਦਿੱਤਾ ਵਾ ਮੈਂ। ਤਿਆਰੀ ਕੀ ਕਰਨੀ ਯਾਰ, ਆਪਾਂ ਇੱਥੋਂ ਬਸ ਕੱਪੜੇ ਹੀ ਰੱਖਣੇ ਆ, ਹੋਰ ਕੁਛ ਵੀ ਨਹੀਂ ਕਰਨਾ। ਕੋਈ ਹਾਲ ਨੀ ਯਾਰ ਤੇਰਾ, ਯਾਰ 2-4 ਕੱਪੜੇ ਚੁੱਕ ਲਾ ਨਾ, ਆਪਾਂ ਕਿਹੜਾ ਕਿ ਉੱਥੇ ਮਹੀਨਾ ਰਹਿਣਾ ਵਾ। ਮੌਸਮ ਤੇ ਉੱਥੇ ਠੰਡ ਹੈ ਵਾ ਥੋੜੀ ਬਹੁਤੀ, ਤੂੰ ਹੁਣੀ ਉੱਠ ਨਾ, ਇੱਕ ਮਿੰਟ ਕਾਲ ਆਉਣ ਨੀ ਰਹਿਣ ਦੇ, ਛੋਟਾ ਜਿਹਾ। ਹਾਂ, ਮੇਰੀ ਗੱਲ ਸੁਣ, ਇੱਕ ਬੈਗ ਫੜ ਹੁਣੀ,
ਤੇ ਉਹਦੇ ਵਿੱਚ ਜ਼ਿਆਦਾ ਨਹੀਂ ਤਿੰਨ ਚਾਰ ਕੱਪੜੇ ਰੱਖ ਲਾ ਬਸ। ਉਹ ਯਾਰ ਇਸਤਰੀ ਉੱਥੇ ਹਰ ਸ਼ੈ ਪ੍ਰੋਟੋਕੋਲ ਮਿਲੇਗਾ, ਆਪਾਂ ਕਿਤੇ ਲੋਕਲ ਜਗ੍ਹਾ ਤੇ ਜਾਣਾ ਉੱਥੇ ਆਪਾਂ ਪੂਰਾ ਮਜ਼ਾ ਕਰਨਾ ਵਾ। ਹੈ ਕੱਪੜੇ ਨਹੀਂ ਦਿੰਦੇ ਹੋ? ਕੱਪੜੇ ਨੇ ਨਾ ਦੇਣਾ ਯਾਰ ਉਹਨਾਂ ਨੇ, ਹੁਣ ਇੰਨਾ ਉੱਥੇ ਨਹੀਂ ਕਰਨਾ ਉਹਨਾਂ ਨੇ। ਯਾਰ ਮੈਂ ਤੇਰੇ ਨਾਲ ਜਾਣਾ ਵਾ, ਤੈਨੂੰ ਕਾਹਦੀ ਟੈਨਸ਼ਨ ਆ? ਲੇਟ ਕਰ ਦੇਣਾ, ਮੈਨੂੰ ਪਤਾ ਤੂੰ ਲੇਜ਼ੀ ਜੇ ਐਵਸ ਕਰਦੂ ਜਾਣ ਬਾਰੇ ਵੀ ਤੂੰ ਇਸ ਤਰ੍ਹਾਂ ਹੀ ਕੀਤਾ ਸੀ। ਜੋਗਰ ਵੀ ਰੱਖ ਲਾ ਵਿੱਚ ਕਟੋਰੀ। ਵੈਰੀ ਗੁੱਡ ਸ਼ੋਪਿੰਗ ਵਗੈਰਾ ਵਾਸਤੇ ਤੈਨੂੰ ਚਾਹੀਦੇ ਆ, ਉਹ ਕੋਈ ਲੈ ਲਾ ਕੋਈ 500 ਹਜ਼ਾਰ ਦਿਰਮ। ਨਹੀਂ ਨਹੀਂ ਸ਼ੋਪਿੰਗ ਤੇ ਯਾਰ ਆਪ ਹੀ ਕਰਨੀ ਪੈਣੀ ਆ ਆਪਾਂ ਨੂੰ। ਅੱਛਾ ਮੈਨੂੰ ਇਹ ਦੱਸ ਕਿ ਟਿਕਟ ਕਿੱਥੋਂ ਕਰਵਾਈ ਹੈ, ਲਾਹੌਰ ਦੀ ਕਰਵਾਉਣੀ ਆ ਜਾਂ ਫੈਸਲਾਬਾਦ ਤੋਂ ਕਰਵਾਉਣੀ ਆ? ਪਰ ਮੈਨੂੰ ਬੜੀ ਦੂਰ ਪੈ ਜਾਣਾ ਵਾ। ਚੱਲ ਕੋਈ ਨੀ ਕਰ ਲੈਣੇ ਆ, ਠੀਕ ਆ। ਅੱਛਾ ਤੂੰ ਇੱਦਾਂ ਕਰ, ਆਪਣਾ ਪਾਸਪੋਰਟ ਦੀਆਂ ਤਸਵੀਰਾਂ 2 ਭੇਜ ਦੇ, ਠੀਕ ਆ, ਤੇ ਉਸ ਤੋਂ ਬਾਅਦ ਓਰੀਜਨਲ ਆਈਡੀ ਕਾਰਡ ਦੀਆਂ 2 ਤਸਵੀਰਾਂ ਭੇਜ ਦੇ, ਠੀਕ ਹੈ, ਤੇ ਨਾਲ ਆਉਣ ਜਾਣ ਦੀ ਟਿਕਟ ਦੇ ਪੈਸੇ ਤੇ ਵੀਜ਼ੇ ਦੇ ਪੈਸੇ ਤੇ ਜਿਹੜਾ ਉੱਥੇ ਹੋਟਲ ਆਪਾਂ ਕਰਵਾਉਣਾ ਵਾ ਉਹਦੇ ਪੈਸੇ ਭੇਜ ਦੇ। ਆਪਾਂ ਹੀ ਦੇਣੇ ਆ ਯਾਰ, ਉਹ ਪਤਾ ਕੀ ਗੱਲ ਆ, ਉਹਨਾਂ ਨੇ ਨਾ ਨਵੀਂ ਨਵੀਂ ਕੰਪਨੀ ਖੋਲ੍ਹੀ ਆ, ਵੀਜ਼ਾ ਵੀ ਨਹੀਂ ਨਾ ਦੇਣਾ ਉਹਨਾਂ ਨੇ। ਉਹਨਾਂ ਨੇ ਮੈਨੂੰ ਕਿਹਾ ਵਾ ਕਿ ਯਾਰ 8-10 ਬੰਦੇ ਤੂੰ ਕੋਈ ਮੁਰਗੇ ਲੱਭ ਕੇ ਦੇ ਤਾਂ ਕਿ ਸਾਡਾ ਕੰਮ ਚੱਲੇ। ਯਾਰ ਉਹਨਾਂ ਨੇ ਸਿਰਫ ਨਾਲ ਜਾਣਾ ਆਪਣੇ। ਯਾਰ ਉਹਨਾਂ ਨੇ ਲੈ ਕੇ ਜਾਣਾ ਵਾ ਸਾਨੂੰ, ਬਸ ਉਹ ਕਹਿੰਦੇ ਆ ਸਿਰਫ ਨਾਮ ਸਾਡਾ ਹੋਵੇ, ਤੁਸੀਂ ਨਾ ਟਿਕਟੋਕ ਤੇ ਵੀਡੀਓ ਵੀ ਲਾ ਦਿਓ, ਇੰਸਟਾ ਤੇ ਪੋਸਟ ਵੀ ਲਾ ਦਿਓ, ਪੈਸੇ ਤਾਂ ਸਾਰੇ ਤੁਹਾਡੇ ਆ, ਨਾਮ ਸਾਡਾ ਹੋਣਾ ਚਾਹੀਦਾ ਕੰਪਨੀ ਦਾ, ਆ ਤੂੰ ਜੇ ਦੁਨੀਆ ਘੁਮਾ। ਕਰ ਦੇ ਜਲਦੀ ਕਰ ਦੇ ਮੈਨੂੰ ਸੈਂਡ। ਨਹੀਂ ਕੋਈ ਮਸਲਾ ਵਾ ਦੱਸ ਦੇ ਮੈਨੂੰ। ਯਾਰ ਉਹਨਾਂ ਨੇ ਬਾਅਦ ਮੈਨੂੰ ਕਹਿ ਦਿੱਤਾ, ਮੈਂ ਉਹਨਾਂ ਦੀ ਗੱਲ ਨੀ ਮੋੜੀ। ਅੱਛਾ ਪੜੋਸੀ ਨਾ ਹਮਸਾਏ ਉਹਨਾਂ ਦਾ ਦੂਰ ਦਾ ਰਿਸ਼ਤੇਦਾਰ ਆ ਤੇ ਉਹਨੇ ਮੈਨੂੰ ਕਹਿ ਦਿੱਤਾ ਤੇ ਮੇਰੇ ਕੋਲ ਮੋੜੀ ਨੀ, ਨਾ ਨੀ ਗਈ। ਦੂਰ ਦਾ ਰਿਸ਼ਤੇਦਾਰ ਦੇ ਭਾਜੀ ਸਾਡਾ ਤੇ ਨਹੀਂ ਮੈਂ, ਪ੍ਰੋਟੋਕੋਲ ਤੇ ਬੜਾ ਦੇਣਗੇ ਉੱਥੇ ਆਪਾਂ ਨੂੰ। ਯਾਰ ਉਹਨਾਂ ਦਾ ਕੰਮ ਚੱਲ ਜਾਏਗਾ, ਮੈਂ ਤੇ ਇਹੀ ਚਾਹੁੰਦਾ ਵਾ ਕਿ ਚਲੋ ਕਿਸੇ ਦਾ ਭਲਾ ਹੋ ਜਾਵੇ, ਪੈਸੇ ਤੇਰੇ ਹੀ ਲੱਗਣੇ ਆ। ਮੈਂ ਗੱਲ ਕੀਤੀ ਸੀ, ਮੈਂ ਕਿਹਾ ਯਾਰ ਚਲੋ ਲੈਰੀ ਹੋਣਾ ਕੋ ਤੇ ਹੋਰ ਜਿਹੜੇ 7-8 ਬੰਦੇ ਆ ਨਾ ਉਹਨਾਂ ਨੂੰ ਤੁਸੀਂ ਤੁੰਨ ਕੇ ਰੇਟ ਲਾ ਦਿਓ, ਮੈਨੂੰ ਤੇ ਟਿਕਟ ਫ੍ਰੀ ਦਿਓ।
यार काम चलाना ना उन्हां दा यार मैं चाहना कि यार उन्हां दा भला हो जावे काम चल जावे उन्हां दा यार बड़े मान ना फोन किया लहरी तेन उस्ताद जी मेरा भी बड़ा मान रखा मैं एक बार खुश हो गया मैं तुर्की दा कह दवा उन्होंने उत्थे दी टिकट वीजा लै लो ते उत्थे लै आइयो सानू फिर हुण ना कर दा उन्हां नू ना है भी ना करो 10-15 दी ना करो उन्हां नू उन्होंने बड़े दो दिन लेना ਏਦਾਂ ਦਾ ਮੌਕਾ ਬਾਰ ਬਾਰ ਨੀ ਆਣਾ ਉਸਤਾਦ ਜੀ ਐਵੇਂ ਦਾ ਮੌਕਾ ਬਾਰ ਬਾਰ ਚਾਹੀਦਾ ਵੀ ਨੀ ਸਾਨੂੰ ਨਹੀਂ ਬੈਗ ਤਿਆਰ ਕਰ ਲਿਆ ਸੀ ਤੂੰ ਯਾਰ ਉਸਤਾਦ ਜੀ ਕਿਸਨੇ ਮੈਂ ਸ਼ੇਟਾ ਕੱਢੀ ਆ ਮੈਂ ਕਿਹਾ ਵੇਖਦੇ ਆ ਕੀ ਹਿਸਾਬ ਕਿਤਾਬ ਨਹੀਂ ਤੂੰ ਪਾਗਲ ਸੀ ਤੂੰ ਬੈਗ ਕਿਉਂ ਤਿਆਰ ਕੀਤਾ ਪ੍ਰੈਂਕ ਹੋ ਗਿਆ ਵਾ ਕਰ ਨਹੀਂ ਸੀ ਰੇ ਲੇਕਿਨ ਹੋ ਗਿਆ ਵਾ ਤੇਰੇ ਨਾਲ ਵੜ ਗਏ ਬਈ ਮੈਂ ਵੀ ਨਹੀਂ ਸੀ ਸੋਚਿਆ ਸਭਾ ਦਿਵਾਲ ਹੈਗੀ ਸਭਾ ਕੀ ਦਾ ਵੀਜ਼ਾ ਦਾ ਮੈਨੂੰ ਹੁਣ ਦੇ ਨੇ ਚ ਆਇਆ ਯਾਰ ਮੈਂ ਬੈਠਾ ਸੀ ਮੇਰੇ ਯਾਰ ਕਾਫੀ ਦੋਸਤ ਮੇਰੇ ਕਾਫੀ ਦੋਸਤ ਮੈਨੂੰ ਕਹਿ ਰਹੇ ਸੀ ਯਾਰ ਲੈਰੀ ਨਾਲ ਪ੍ਰੈਂਕ ਕਰੋ ਲੈਰੀ ਨਾਲ ਕਰੋ ਮੈਂ ਕਿਹਾ ਚਲੋ ਉਹਨੂੰ ਕਰਦੇ ਆ ਤੇ ਮੈਂ ਇਸੇ ਲਈ ਤੈਨੂੰ ਫੋਨ ਵੀ ਸਾਢੇ 9 ਪ੍ਰੈਂਕ ਸੀ ਇੱਕ ਵਾਰੀ ਖੁਸ਼ ਕਰਕੇ ਦੂਸਰੇ ਦਿਨ ਤੋਂ ਹੋਸ਼ ਦੇ ਆ ਦੇ ਲਾ ਫਿਰ ਹੁਣ ਤੂੰ ਕਿਹੜਾ ਗਾਣਾ ਸੁਣੇਗਾ ਕਾਲ ਬੰਦ ਕਰਕੇ ਤੇ ਤੂੰ ਆਪਣੇ ਫੈਨਸ ਨੂੰ ਕੀ ਕਹਿਣਾ ਚਾਹੁੰਦਾ ਵਾ ਜਿਨ੍ਹਾਂ ਨੇ ਫਰਮਾਇਸ਼ ਤੇ ਮੈਂ ਵੀਡੀਓ ਬਣਾ ਰਿਹਾ ਹਾਂ ਸੋ ਗਾਇਜ਼ ਉਮਰ ਭਾਈ ਦਾ ਚੈਨਲ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਔਰ ਐਸੀ ਅੱਛੀ ਅੱਛੀ ਵੀਡੀਓਸ ਦੇਖਣ ਕੇ ਲਈ ਰੋਜ਼ ਚੈਨਲ ਕੋ ਦੇਖਾ ਕਰੋ ਜੀ ਜੀ ਠੀਕ ਹੋ ਗਿਆ ਲੋ ਲੈਰੀ ਭਾਈ ਫਿਰ ਇਜਾਜ਼ਤ ਦਿਓ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੋੜਾ ਟਾਈਮ ਵੇਸਟ ਕੀਤਾ ਸੀ ये था छोटा सा शुगल लैरी भाई के साथ हमारा बहुत ही प्यारा सा और भोला सा भाई है ये तो इसके साथ हमने थोड़ा सा मजाक किया है वो भी आप लोगों की फरमाइश पे तो आप मुझे बताएं कि नेक्स्ट प्रैंक हम किस बंदे पे करें और टॉपिक क्या होना चाहिए वो लाजमी कमेंट बॉक्स में मुझे बताएं तो नेक्स्ट कॉल मैं फिर उसे करूँगा और सेम वही टॉपिक रखूँगा उसको थोड़ा सा मसाला डाल के ना तो उसको फ़ोन करूँगा ठीक है गाइस इस चैनल को सब्सक्राइब करें लाइक करें और ऐसे प्रैंक्स देखने के लिए इस चैनल के साथ जुड़े रहें लव यू ऑल